ਵਰਟੀਕਲ ਗਾਰਡਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਹਰਿਮੰਦਰ ਸਾਹਿਬ ਪਰਿਸਰ ਦੇ ਦੀਆਂ ਇਮਾਰਤਾਂ ਦੀਆਂ ਛੱਤਾਂ ਦੇ ਉੱਤੇ ਹੈਂਗਿੰਗ ਗਾਰਡਨ, ਰੂਫ ਗਾਰਡਨ ਲਗਾਉਣ ਜਾ ਰਹੀ ਹੈ, ਜਿਸ ਨਾਲ ਵਾਤਾਵਰਣ ਸ਼ੁੱਧ ਅਤੇ ਪ੍ਰਦੂਸ਼ਣ ਦੇ ਪੈ ਰਹੇ ਪ੍ਰਭਾਵ ਤੋਂ ਬਚਿਆ ਜਾ ਸਕਦਾ ਹੈ। ਇਸ ਬਾਰੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਡਾਕਟਰ ਰੂਪ ਸਿੰਘ, ਚੀਫ ਸਕੱਤਰੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ। ਡਾਕਟਰ ਸਾਹਿਬ, ਇਹ ਸ਼੍ਰੋਮਣੀ ਕਮੇਟੀ ਹੁਣ ਹੈਂਗਿੰਗ ਵਰਟੀਕਲ ਗਾਰਡਨ ਤੋਂ ਬਾਅਦ ਰੂਫ ਗਾਰਡਨ ਲਗਾਉਣ ਜਾ ਰਹੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਕੰਪਲੈਕਸ ਆ, ਇਹਦੀ ਸੈਂਟੀਮੀਟਰਾਂ 'ਚ ਜਿਹੜੀ ਜਗ੍ਹਾ ਵਾ ਬਹੁਤ ਬੇਸ਼ੁਮਾਰ ਕੀਮਤੀ ਆ। ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੀ ਜਿਹੜੀ ਜਗ੍ਹਾ ਵਾ ਉਹਨੂੰ ਸੁਚਾਰੂ ਰੂਪ 'ਚ ਵਰਤਣ ਲਈ, ਵਾਤਾਵਰਨ ਅਨੁਕੂਲ ਬਣਾਉਣ ਲਈ ਯਤਨਸ਼ੀਲ ਹਾਂ, ਕਿਉਂਕਿ ਅੰਮ੍ਰਿਤਸਰ ਸਾਹਿਬ ਦਾ ਜਿਹੜਾ ਪ੍ਰਦੂਸ਼ਣ ਦਾ ਲੈਵਲ ਆ ਉਹ ਬਹੁਤ ਉੱਪਰ ਆ, ਅਤੇ ਦੂਸਰਾ ਪਾਣੀ ਦਾ ਪ੍ਰਦੂਸ਼ਣ, ਹਵਾ ਦਾ ਪ੍ਰਦੂਸ਼ਣ ਜਿਹੜਾ ਵਾ ਬਹੁਤ ਬੁਰੀ ਤਰ੍ਹਾਂ ਫੈਲਿਆ ਹੋਇਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਪ੍ਰਦੂਸ਼ਣ ਨੂੰ ਘਟਾਉਣ ਵਾਸਤੇ, ਇਸ ਦੇ ਵਾਤਾਵਰਨ ਨੂੰ ਸੁਹਾਵਣਾ ਬਣਾਉਣ ਵਾਸਤੇ, ਸੋਹਣਾ ਬਣਾਉਣ ਵਾਸਤੇ, ਸੁਗੰਧੀ ਭਰਪੂਰ ਬਣਾਉਣ ਵਾਸਤੇ ਅਸੀਂ ਪਹਿਲਾਂ ਵਰਟੀਕਲ ਗਾਰਡਨ ਜਿਹੜਾ ਉਹ ਲਗਾਇਆ। ਉਹਦੇ ਵਿੱਚ ਲਗਭਗ 35,000 ਦੇ ਕਰੀਬ ਜਿਹੜੇ ਪਲਾਂਟਸ ਲਗਾਏ ਨੇ, 20% ਜਿਹੜੇ ਪਲਾਂਟ ਨੇ ਉਹ 3 ਮਹੀਨੇ ਬਾਅਦ ਸਾਨੂੰ ਬਦਲਣੇ ਪੈਂਦੇ ਨੇ, ਮੌਸਮੀ ਫਲਾਵਰ ਅਤੇ ਬਾਕੀ ਪਰਮਾਨੈਂਟ ਫਲਾਵਰ ਨੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕਿਉਂਕਿ ਜਗ੍ਹਾ ਦੀ ਘਾਟ ਕਾਰਨ ਕੰਪਲੈਕਸ ਦੇ ਵਿੱਚ ਅਸੀਂ ਜਿਹੜੀਆਂ ਛੱਤਾਂ ਨੇ ਉਹਦੇ ਉੱਪਰ ਰੂਫ ਗਾਰਡਿੰਗ ਦਾ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਵਾ, ਖਾਸ ਕਰਕੇ ਜਿਹੜਾ ਪ੍ਰਬੰਧਕੀ ਬਲਾਕ ਹੈ ਉਹਦੇ ਉੱਪਰ ਅਸੀਂ ਕੁਝ ਪਲਾਂਟ ਲਗਾਏ ਨੇ, ਉਹਨਾਂ ਦੀ ਵੀ ਵਰਤੋਂ ਕਰਨ ਲਈ ਅਸੀਂ ਫਿਰ ਹੈਂਗਿੰਗ ਵੇਲ ਜਿਹੜੀਆਂ ਨੇ ਉਹ ਵਿੱਚ ਲਗਾਈਆਂ ਨੇ, ਤਾਂ ਕਿ ਜਿਹੜੀਆਂ ਵੇਲਾਂ ਨੇ ਥੱਲੇ ਨੂੰ ਲਮਕ ਕੇ ਜਿਹੜਾ ਪ੍ਰਦੂਸ਼ਣ ਦਾ ਵੀ ਕੰਟਰੋਲ ਹੋਵੇਗਾ, ਵਾਤਾਵਰਨ ਵੀ ਸਾਵਣਾ ਬਣਾਉਣਗੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਪ੍ਰਕਰਮਾਂ ਨੇ ਇਹਨਾਂ ਦੇ ਵਿੱਚ ਅਸੀਂ ਵਿਸ਼ੇਸ਼ ਤੌਰ 'ਤੇ ਜਿਹੜੇ ਪਲਾਂਟਸ ਨੇ ਪਹਿਲੀ ਮੰਜ਼ਿਲ 'ਤੇ ਬਰਾਂਡਿਆਂ 'ਤੇ ਲਗਾਏ ਨੇ। ਉੱਪਰਲੇ ਬਰਾਂਡੇ 'ਤੇ ਅਸੀਂ ਹੈਂਗਿੰਗ ਵੇਲ ਜਿਹੜੀਆਂ ਜੁਲਾਈ ਮਹੀਨੇ 'ਚ ਲਗਾ ਰਹੇ ਹਾਂ, ਤਾਂ ਕਿ ਉੱਪਰੋਂ ਜਿਹੜੀਆਂ ਜਗ੍ਹਾ ਦੀ ਵੀ ਵਰਤੋਂ ਘੱਟ ਹੋਵੇ ਅਤੇ ਜਿਹੜੀਆਂ ਵੇਲਾਂ ਨੇ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਜਿਹੜਾ ਕੰਪਲੈਕਸ ਆ, ਜਿਹੜੀ ਉਹਦੀ ਵਾਈਟਨੈਸ ਕਰਕੇ ਲਿਸ਼ਕੋਰ ਪੈਂਦੀ ਆ ਗਰਮੀ ਕਰਕੇ, ਪੱਥਰ ਕਰਕੇ, ਉਹਨੂੰ ਵੀ ਘੱਟ ਕਰਨ 'ਚ ਸਹਾਇਕ ਹੋਵੇ ਅਤੇ ਜਿਹੜਾ ਹਰਿਆਵਲ ਆ ਉਹ ਵਧੇ, ਕੁਦਰਤੀ ਵਾਤਾਵਰਨ ਜਿਹੜਾ ਵਾ ਉਹ ਪੈਦਾ ਹੋਵੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਰੂਹਾਨੀਅਤ ਦਾ ਕੇਂਦਰ ਆ, ਇਹਦੇ ਵਿੱਚ ਜਿਹੜਾ ਕੁਦਰਤੀ ਵਾਤਾਵਰਨ ਹੋਣਾ ਵਾ ਉਹ ਸੁਭਾਵਿਕ ਆ, ਉਸ ਪਾਸੇ ਅਸੀਂ ਯਤਨਸ਼ੀਲ ਹਾਂ। ਡਾਕਟਰ ਸਾਹਿਬ, ਇਹ ਜਿਹੜੇ ਤੁਸੀਂ ਰੂਫ ਗਾਰਡਨ ਹੁਣ ਪਲਾਨ ਕਰ ਰਹੇ ਹੋ, ਲਗਾਉਣ ਜਾ ਰਹੇ ਹੋ, ਇਹ ਕੁਛ ਲੱਗ ਵੀ ਗਿਆ ਕੁਛ ਹਿੱਸਿਆਂ ਦੇ ਵਿੱਚ, ਕਿਆ ਇਹ ਰੂਫ ਗਾਰਡਨ ਦੇ ਵਿੱਚ ਜਿਹੜੇ ਪਲਾਂਟ ਤੁਸੀਂ ਜਿਸ ਤਰ੍ਹਾਂ ਦੱਸਿਆ ਹੈਂਗਿੰਗ ਪਲਾਂਟ ਵੀ ਲਗਾ ਰਹੇ ਨੇ, ਕਿਆ ਖੁਸ਼ਬੂਦਾਰ ਪਲਾਂਟ ਵੀ ਹੋਣਗੇ, ਫੁੱਲਾਂ ਵਾਲੇ ਪਲਾਂਟ ਵੀ ਹੋਣਗੇ? ਦੇਖੋ, ਜਿਹੜੀਆਂ ਵੇਲਾਂ ਨੇ ਉਹ ਅਸੀਂ ਵੇਲਾਂ ਵੀ ਇਸ ਹਿਸਾਬ ਨਾਲ ਲਗਾ ਰਹੇ ਹਾਂ, ਅਸੀਂ ਕਲਕੱਤੇ ਤੋਂ ਵੀ ਪ੍ਰਬੰਧ ਕਰ ਰਹੇ ਹਾਂ, ਸਹਾਰਨਪੁਰ ਤੋਂ ਵੀ ਪ੍ਰਬੰਧ ਕਰ ਰਹੇ ਹਾਂ। ਉਹ ਵੇਲਾਂ ਵੀ ਜਿਹੜੀਆਂ ਨੇ ਜਿਸ ਤਰ੍ਹਾਂ 3-3 ਮਹੀਨੇ ਜਿਹੜੇ ਫਲਾਵਰ ਨੇ ਮੌਸਮ ਦੇ ਫਲਾਵਰ ਦੇਣ ਵਾਲੀਆਂ ਹੋਣਗੀਆਂ, ਸੁਗੰਧੀ ਭਰਪੂਰ ਹੋਣਗੀਆਂ ਅਤੇ ਇੱਕ ਐਵਰਗ੍ਰੀਨ ਹੋਣਗੀਆਂ, ਉਹਨਾਂ ਦੇ ਜਿਹੜੇ ਪੱਤੇ ਨੇ ਉਹ ਡਿੱਗ ਕੇ ਗੰਦਗੀ ਵੀ ਨਹੀਂ ਪਾਉਣਗੀਆਂ, ਜੇ ਕੋਈ ਪੱਤਾ ਡਿੱਗੇਗਾ ਵੀ ਤਾਂ ਉਹ ਬਰਾਂਡਿਆਂ ਦੀ ਉੱਪਰਲੀ ਛੱਤ 'ਤੇ ਡਿੱਗੇਗਾ। ਸਾਡਾ ਮੰਤਵ ਇਹ ਆ ਵੀ ਇਸ ਜਿਹੜਾ ਚੁਗਿਰਦਾ ਵਾ ਉਹ ਸੁਹਾਵਣਾ ਹੋਵੇ, ਸੁਗੰਧੀ ਭਰਪੂਰ ਹੋਵੇ, ਸਾਫ਼ ਸੁਥਰਾ ਹੋਵੇ। ਇਸ ਦੇ ਨਾਲ ਨਾਲ ਕਿਆ ਜਿਹੜੇ ਬੂਟੇ ਲਗਾਏ ਜਾਣਗੇ ਉਹਨਾਂ ਦੀ ਸਾਂਭ ਸੰਭਾਲ ਲਈ, ਉਹਨਾਂ ਦੀ ਦੇਖ ਰੇਖ ਲਈ ਕਿਆ ਕਿਸੇ ਮਾਹਰਾਂ ਕੋਲੋਂ ਜਾਂ ਕਿਸੇ ਹੋਰ ਸਭਾ ਸੁਸਾਇਟੀਆਂ ਕੋਲੋਂ ਇਹਨਾਂ ਦੀ ਰਾਏ ਉਹਨਾਂ ਕੋਲ ਮਦਦ ਲਈ ਜਾਏਗੀ? ਅਸੀਂ ਜਿਹੜਾ ਵੀ ਕੰਮ ਕਰਦੇ ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਵਿੱਚ ਉਹ ਮਾਹਰਾਂ ਦੀ ਰਾਏ ਨਾਲ ਕਰਦੇ ਹਾਂ, ਖਾਸ ਕਰਕੇ ਜਿਹੜੀਆਂ ਵੇਲਾਂ ਲਗਾ ਰਹੇ ਹਾਂ ਉਹ ਅਸੀਂ ਉਚੇਚੇ ਤੌਰ 'ਤੇ ਕਲਕੱਤੇ ਤੋਂ ਮੰਗਵਾ ਰਹੇ ਹਾਂ, ਸਹਾਰਨਪੁਰ ਤੋਂ ਮੰਗਵਾ ਰਹੇ ਹਾਂ ਜਿੱਥੇ ਸਭ ਤੋਂ ਵੱਡੀਆਂ ਨਰਸਰੀਆਂ ਨੇ। ਇਹਦੇ ਵਿੱਚ ਅਸੀਂ ਐਗਰੀਕਲਚਰ ਯੂਨੀਵਰਸਿਟੀ ਜਿਹੜੇ ਬਾਗਬਾਨੀ ਦੇ ਮਾਹਰ ਨੇ ਉਹਨਾਂ ਦੀ ਵੀ ਰਾਏ ਲੈਂਦੇ ਹਾਂ, ਸਾਡੇ ਪਾਸ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਡਿਪਾਰਟਮੈਂਟ ਦੇ ਹੈੱਡ ਨੇ ਲੈਂਡਸਕੇਪਿੰਗ ਦੇ, ਉਹਨਾਂ ਦੀ ਵੀ ਅਸੀਂ ਸਮੇਂ ਸਮੇਂ ਰਾਏ ਲੈਂਦੇ ਹਾਂ, ਤਾਂ ਕਿ ਇੱਥੋਂ ਦੇ ਵਾਤਾਵਰਣ ਅਨੁਕੂਲ ਜਿਹੜੇ ਆ ਪੌਦੇ ਉਹ ਲਗਾਏ ਜਾ ਸਕਣ, ਜਿਹੜੇ ਐਵਰਗ੍ਰੀਨ ਵੀ ਹੋਣ, ਸੁਗੰਧੀ ਭਰਪੂਰ ਵੀ ਹੋਣ ਅਤੇ ਸੋਹਣੇ ਵੀ ਲੱਗਣ। ਇੱਕ ਅਖੀਰਲਾ ਸਵਾਲ, ਇਹ ਇਸ ਤੋਂ ਪਹਿਲਾਂ ਇੱਕ ਪ੍ਰੋਜੈਕਟ ਸ਼ੁਰੂ ਕਰਨ ਵਾਲੇ ਸੀਗੇ ਅਸੀਂ, ਜਿਹੜਾ ਲੰਗਰ ਘਰ ਦੇ ਸਾਹਮਣੇ ਵਾਲੀ ਜਗ੍ਹਾ ਹੈ ਉੱਥੇ ਪਲਾਂਟੇਸ਼ਨ ਸ਼ੁਰੂ ਕਰਨ ਵਾਲੇ ਸੀ, ਗਾਰਡਨ ਲਾਉਣ ਲੱਗੇ ਸੀਗੇ, ਉਹਦਾ ਪ੍ਰੋਜੈਕਟ ਕਿੱਥੇ? ਦੇਖੋ, ਉਹ ਸਾਡਾ ਬਹੁਤ ਵੱਡਾ ਪ੍ਰੋਜੈਕਟ ਬਣ ਗਿਆ, ਉਹ ਅਸੀਂ ਗੁਰੂ ਕੇ ਬਾਗ ਦੇ ਵਿੱਚ ਜਿਹੜੇ ਆ ਵੱਖਰੀ ਕਿਸਮ ਦੀ ਪਲਾਂਟੇਸ਼ਨ ਕਰ ਰਹੇ ਹਾਂ, ਉਹ ਆਉਣ ਵਾਲੇ ਦਿਨਾਂ 'ਚ ਉਹ ਵੀ ਸ਼ੁਰੂ ਹੋ ਰਿਹਾ ਵਾ। ਉਹਦਾ ਕਾਰਨ ਇਹ ਸੀ ਕਿ ਅਸੀਂ ਅਹਿਮਦਾਬਾਦ ਦੀ ਕੰਪਨੀ ਤੋਂ, ਜਿਨ੍ਹਾਂ ਨੇ ਬੰਗਲੌਰ ਏਅਰਪੋਰਟ ਦਾ, ਹੈਦਰਾਬਾਦ ਏਅਰਪੋਰਟ ਦੀ ਲੈਂਡਸਕੇਪਿੰਗ ਕੀਤੀ ਆ, ਉਹਨਾਂ ਕੋਲ ਰਾਏ ਲਈ ਆ, ਡਿਜ਼ਾਇਨਿੰਗ ਕੀਤੀ ਆ, ਅਤੇ ਉਸ ਡਿਜ਼ਾਇਨਿੰਗ ਅਨੁਸਾਰ ਜਿਹੜਾ ਅਸੀਂ ਜੁਲਾਈ 24 ਕੰਮ ਸ਼ੁਰੂ ਕਰ ਰਹੇ ਹਾਂ। ਸੋ ਇਸ ਨੂੰ ਡਾਕਟਰ ਰੂਪ ਸਿੰਘ ਸਕੱਤਰ, ਚੀਫ ਸੈਕਟਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਨ੍ਹਾਂ ਨੇ ਦੱਸਿਆ ਹੈ ਕਿ
रूफ गार्डन जिहड़ा वर्टिकल गार्डन तो बाद हुण उहदी कामयाबी तो बाद हुण रूफ गार्डन जिहड़ा है उसकी शुरुआत कर दी गई है तां जो समय समय सिर इत्थे पैंदे वातावरण के माड़े प्रभाव तो इस हरिमंदर साहब की आबादी उत्ते खतरा ना कोई रहे और इसका वातावरण शुद्ध रहे। कैमरा परसन विपिन कुमार के नाल ज्योति बहल दैनिक सवेरा टीवी अमृतसर।